ਅੱਜ ਹੀ ਕਰਨਾ, ਇਹਨਾਂ ਲੁੱਟਣਾ ਅਤੇ ਮੰਦਾ ਕਰ ਦੇਣਾ ਹੋਰ ਝੋਨਾ ਹੋਰ ਕਰਨਾ। ਨੁਕਸਾਨ ਤਾਂ ਕੋਈ ਨਹੀਂ ਗਾ, ਤਰਪਾਲਾਂ ਰੱਖੀਆਂ ਮੰਡੀ 'ਚ ਭੇਜਣ ਤਾਂ ਨਹੀਂ ਚਾਹੀਦਾ, ਲੇਕਿਨ ਉਹ ਰਾਜਾ ਮਿਲ ਜਾਂਦਾ ਇਹਨਾਂ ਨੂੰ ਆੜਤੀਆਂ ਨੂੰ ਬਾਰਿਸ਼ ਦਾ, ਤੁਹਾਡਾ ਕਰਕੇ ਰੇਟ ਜਿਹੜਾ ਇਹਨਾਂ 100-200 ਰੁਪਈਆ ਰੇਟ ਜਿਹੜਾ ਡਾਊਨ ਕਰ ਦੇਣਾ। ਹਾਂਜੀ ਰੇਟ ਵੀ, ਰੇਟ ਤਾਂ ਪਹਿਲਾਂ 3000 ਰੁਪਈਆ ਲੱਗਦਾ ਸੀ, ਹੁਣ 2000 ਤੋਂ ਲੈ ਕੇ 2600 ਤੱਕ ਹੈ ਜੀ। ਪਿਛਲੀ ਵਾਰੀ ਬੜਾ ਰੇਟ ਸੀ, 4000 ਨੂੰ ਵੇਚਿਆ, 3800 ਨੂੰ, 3300 ਨੂੰ, 4000 ਨੂੰ। ਹਾਂਜੀ ਐਕਚੁਅਲੀ ਚਾਹੁੰਦੇ ਹਾਂ ਜੀ, ਖਰਚੇ ਦੇਖੋ ਜੀ, ਖਰਚੇ ਦੇ ਘਾਟਿਆ ਸੌਦਾ ਜਿਮੀਦਾਰ। ਹਾਂਜੀ ਮੰਗ ਇਹੋ ਸਰਕਾਰ ਕੋਲ ਕਰਦੇ ਆ, ਤੇ ਜਿੱਥੇ ਇਹਦਾ ਰੇਟ ਫਿਕਸ ਕੀਤਾ ਜਾਵੇ, ਅਤੇ ਵਪਾਰੀ ਜਿਹੜਾ ਉਹ ਜਿਹੜਾ ਨਾ ਲੁੱਟੇ ਕਿਸਾਨ ਨੂੰ, ਇਹ ਹੱਟਾ ਉੱਥੇ ਕਿਤੇ ਹੜਤਾਲ ਕਰ ਦਿੰਦੇ ਆ, ਜੇ ਅੱਜ ਬੁੱਧਵਾਰ ਆ, ਕੱਲ੍ਹ ਹੜਤਾਲ ਕੀਤੀ ਸੀ ਵੀ ਮੰਡੀ ਬੰਦ ਰਹੂਗੀ, ਅਗਲੇ ਦਿਨ ਜਿਹੜਾ ਉਸ ਇੰਨਾ ਜ਼ਿਆਦਾ ਮਾਲ ਆ ਜਾਂਦਾ ਵਾ ਅਤੇ ਕਪੈਸਿਟੀ ਤੋਂ ਵੱਧ ਇੰਨਾ, ਤੋਂ ਉਹ ਫਿਰ ਇੰਨਾ ਬੜੇ ਰੇਟ ਡਾਊਨ 'ਤੇ ਝੋਨਾ ਖਰੀਦਦੇ ਆ। ਮੰਗ ਕਰਦੇ ਸਰਕਾਰ ਕੋਲ, ਮੰਗ ਕਰਦੇ ਹਾਂ ਜੀ ਇਹਨਾਂ ਨੂੰ, ਜਿਹੜੇ ਵਪਾਰੀ ਨੂੰ ਜਿਹੜਾ ਵਾ ਥੋੜ੍ਹਾ ਇਹਦੇ ਵੱਲ ਧਿਆਨ ਦਿੱਤਾ ਜਾਵੇ, ਜਿਮੀਦਾਰ ਤੋਂ ਨਾ ਲੁੱਟ ਕਰਨੇ ਨਹੀਂ। ਮੌਸਮ ਬਹੁਤ, ਸਵੇਰ ਦਾ ਮੌਸਮ ਖਰਾਬ, 3-4 ਵਾਰੀ ਬਾਰਿਸ਼ ਹੋਣ ਪਈ ਆ, ਹੁੰਦੀ ਆ ਫਿਰ ਹਟ ਜਾਂਦੀ, ਹੁੰਦੀ ਆ ਫਿਰ ਹਟ ਜਾਂਦੀ ਆ। ਨੁਕਸਾਨ ਬਹੁਤ ਜ਼ਿਆਦਾ ਨੁਕਸਾਨ ਜੀ, ਹੁਣ ਨੀਵੀਆਂ ਪੈਲੀਆਂ ਦੇ ਵਿੱਚ ਪਾਣੀ ਖਲੋ ਗਿਆ, ਜਾਂ ਉਤਲੀਆਂ ਜੀ ਖਲੋ ਗਿਆ, ਝੋਨੇ ਦੀ ਕਟਾਈ ਬੰਦ ਹੋ ਜਾਣੀ, ਝੋਨਾ ਥੱਲੇ ਡਿੱਗ ਪੈਣਾ, ਉਹ ਉੱਗ ਜਾਣਾ ਜੀ, ਉਹ ਮੁੜ ਕੇ ਕਿਸੇ ਕੰਮ ਨਹੀਂ ਰਹਿਣਾ, ਅਤੇ ਨਾ ਟਰਾਲੀਆਂ ਟੇਟੇ ਕੱਢੇ ਜਾਣੇ, ਵਿੱਚ ਕਮੈਨਾਂ ਵਿੱਚੋਂ ਖਰਾਬ ਹੋ ਜਾਂਦੀਆਂ, ਉਹ ਹੀ ਨਿਕਲਦੀਆਂ। ਖਰਚੇ ਪੂਰੇ ਹੋਣਗੇ? ਖਰਚੇ ਤਾਂ ਵੇਖੋ ਜੀ, ਹੁਣ ਰੇਟ ਰੂਟ ਦੇ ਹਾਲੇ ਬਹੁਤ ਘੱਟ ਜਾ ਰਿਹਾ, ਖਰਚੇ ਕਿੱਥੋਂ ਪੂਰੇ ਹੋਣੇ ਆ, ਲਵਾਈ ਦੇ ਖਰਚੇ ਵੀ ਪੈਂਦੇ ਆ, ਫਿਰ ਕਟਾਈ ਦੇ ਪੈਂਦੇ ਆ, ਟੇਟਰ ਡੀਲਰ ਟੈਕਟਰਾਂ ਦਾ ਤੇਲ ਪੈਂਦਾ ਆ, ਰਾਤ ਦਿਨ ਖੱਬਣਾ, ਪਾਣੀ ਧਾਣੀ ਲਾਉਣੇ, ਕਈ ਕੋਲ ਮੋਟਰਾਂ ਖਰਾਬ ਹੋਣੀਆਂ, ਬੜੇ ਖਰਚੇ ਆ ਜੀ ਲਵਾਈ ਦੇ, ਅਤੇ ਬਚਣਾ ਤਾਂ ਹੁਣ ਰੇਟ ਵੀ ਬਹੁਤ ਪਿਛਲੇ ਸਾਲ ਨਾਲੋਂ ਇੱਕਾ ਘੱਟ ਆ, ਕਿਤੇ 3500-3600 ਨੂੰ ਹੀ, ਹੁਣ 2200-2300 ਨੂੰ ਆ, ਅਤੇ ਰੇਟ ਦਾ ਬਹੁਤ ਫਰਕ ਆ ਗਿਆ ਜੀ। ਕੀ ਮੰਗ ਕਰਦੇ ਜੀ? ਮੰਗ ਇਹੋ ਕਿਸਾਨ ਦਾ, ਸਾਰਾ ਕੁਝ ਪਰਾਲੀ ਦਾ ਵੀ ਹੱਲ ਕੀਤਾ ਜਾਵੇ, ਅੱਗ ਲਾਉਣ ਦਾ ਜਿਹੜੇ ਡੱਕਦੇ ਆ, ਦੂਜਾ ਮਾੜਾ ਮੰਡੀਆਂ ਦੇ ਵਿੱਚ ਜਿਹੜਾ ਹੜਤਾਲ ਨਾ ਕਰਦੇ ਆ, 3-3 ਦਿਨ ਰਾਤਾਂ, 2-2 ਰਾਤਾਂ, 3-3 ਦਿਨ ਰਾਤਾਂ ਬਹਿਣਾ ਪੈਂਦਾ ਆ, ਕੋਈ ਟਰਾਲੀਆਂ ਭਰ ਕੇ ਝੋਨਾ ਖਰਾਬ ਹੋ ਜਾਂਦਾ, ਟਰਾਲੀਆਂ ਦੇ ਵਿੱਚ ਮੁੜ ਕੇ ਰੇਟ ਨਹੀਂ ਸਹੀ ਲਾਉਂਦੇ, ਉਹ ਡਾਊਨ ਲਾ ਦਿੰਦੇ ਆ, ਇਹ ਕਰਕੇ ਬਹੁਤ ਦਿੱਕਤ ਹੈ। ਕੰਪੈਨ ਦਾ ਕੰਮ ਜੀ ਆਪਣਾ ਹਸਪੇ ਚੱਲਦਾ ਜੀ? ਆਪਣਾ ਕੰਮ ਕਰ ਕਿੱਦਾਂ? ਕੰਮਕਾਰ ਮੰਦੇ ਨੇ ਜੀ। ਕੀ ਗੱਲ? ਮਸ਼ੀਨਰੀ ਬਹੁਤ ਜ਼ਿਆਦਾ ਹੋ ਗਈ, ਕੰਪੈਨ ਜ਼ਿਆਦਾ ਹੋ ਗਈ ਆ, ਬਹੁਤ ਜ਼ਿਆਦਾ ਜੀ। ਹਾਂਜੀ ਬਹੁਤ ਜ਼ਿਆਦਾ ਮੰਦਾ ਜੀ, ਮੀਂਹ ਵਾਲਾ, ਲੋਕ ਕਿਸ ਜ਼ਿਮੀਦਾਰ ਦਾ ਜਿਗਰਾ ਨਹੀਂ ਪੈਂਦਾ ਜੀ, ਫਸਲ ਵੱਢਣ ਦਾ, ਫਸਲਾਂ ਡਿੱਗ ਥੱਲੇ ਗਈਆਂ ਨੇ, ਬਹੁਤ ਜ਼ਿਆਦਾ ਨੁਕਸਾਨ ਜ਼ਿਆਦਾ ਹੁੰਦਾ ਜੀ, ਉੱਤੋਂ ਮੌਸਮ ਦੀ ਮਾਰ ਕਰਕੇ ਮੰਡੀਆਂ ਦੇ ਵਿੱਚ ਰਸ ਇੰਨਾ ਹੋ ਗਿਆ, ਕੱਚਾ ਪੱਕਾ ਵੱਢਣ ਨੂੰ ਮਜਬੂਰ ਹੋ ਗਏ ਨੇ ਲੋਕ ਜੀ, ਅੱਗੇ ਬਾਜ਼ਾਰ ਵੀ ਠੀਕ ਨਹੀਂ ਮਿਲ ਰਿਹਾ, ਬਹੁਤ ਜ਼ਿਆਦਾ ਮੰਦਾ ਜੀ ਬਾਜ਼ਾਰਾਂ ਦੇ ਵਿੱਚ। ਤੁਹਾਡੇ ਜਿਹੜੇ ਕੰਬਾਈਨ ਵਾਲਿਆਂ ਦੇ ਖਰਚੇ ਪੂਰੇ ਹੋਣਗੇ? ਨਾ ਜੀ ਬਿਲਕੁਲ ਵੀ ਨਹੀਂ ਹੁੰਦੇ ਜੀ ਖਰਚੇ ਪੂਰੇ। ਕੀ ਗੱਲ? ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਜੀ, ਡੀਜ਼ਲ ਦਾ ਖਰਚਾ ਬਹੁਤ ਜ਼ਿਆਦਾ ਉੱਤੇ ਨੂੰ ਹੋ ਗਿਆ, ਸਪੇਅਰ ਪਾਰਟ ਮਹਿੰਗਾ ਹੋ ਗਿਆ ਜੀ, ਲੇਬਰ ਮਹਿੰਗੀ ਹੋ ਜੀ ਬਹੁਤ ਜ਼ਿਆਦਾ, ਬਾਕੀ ਮਸ਼ੀਨਾਂ ਮਹਿੰਗੀਆਂ ਬਹੁਤ ਹੋ ਗਈਆਂ ਨੇ ਬਹੁਤ ਜ਼ਿਆਦਾ। ਕੀ ਮੰਗ ਕਰਦੇ? ਸਰਕਾਰ ਨੂੰ ਕਹਿੰਦੇ ਆ ਜੀ ਇਹਨਾਂ ਬਾਰੇ ਸੋਚੇ ਕੁਛ, ਡੀਜ਼ਲ ਦਾ ਰੇਟ ਘਟਾਵੇ ਕੋਈ, ਖਰਚੇ ਘਟ ਜਾਣ, ਲੇਬਰਾਂ ਦਾ ਕੋਈ ਰੁਜ਼ਗਾਰ ਦਾ ਇੰਤਜ਼ਾਮ ਕੀਤਾ ਜਾਵੇ ਜੀ, ਮਹਿੰਗਾਈ ਬਹੁਤ ਜ਼ਿਆਦਾ, ਮਹਿੰਗਾਈ ਦੀ ਮਾਰ ਨਾਲ ਸਾਰੇ ਚੀਜ਼ਾਂ ਦੇ ਮਾਰ ਪੈ ਰਹੀ ਹੈ, ਉੱਤੇ ਮੌਸਮ ਦੀ ਖਰਾਬੀ ਦੇ ਕਾਰਨ ਕੁਛ ਨਹੀਂ ਪੱਲੇ ਪੈਂਦਾ ਜੀ।